लो जी फाइनली फिल्म खत्म हो चुकी है जिन्ने जम्मे सारे निकम्मे भल्ला साहब मेरे नाल मौजूद ने नाल बाल भूकन श्याम शर्मा जी ने सर पहला ये दसो कि ऐसा की करते हो लोगों को हंसा भी देंगे हो पल दे विच पल च रवा देंगे हो दिस क्रेडिट गोज टू नरेश कथूरिया जी जिन्होंने ऐसी स्क्रिप्ट लिखी ऐसे डायलॉग लिखे और उस तो बाद सच पुछदे हो जदों असी फिल्म की शूटिंग करते सी आ बहुत रोए साडा भी रोना निकलिया शूटिंग करते दौरान सानू शूटिंग दे दौरान ही पता लग गया सी कि फिल्म लोगों को हसाएगी भी तो उन्होंने रुलाएगी भी। शर्मा साहब तुसी पल दे लई आए हो पर कह सकते तुसी भल्ला साहब लई लकी हो? देखो ये तो हे लोग दसनगे जी असी तो मेहनत करनी कोशिश करनी है पर कोशिश ये है भी जिहड़ी कथूरिया जी ने लिखी आ भल्ला जी बीनू जी ने मेहनत करके सारे आर्टिस्टां ने कोशिश की उहदी स्क्रिप्ट नू जस्टिफाई करिए बाकी लोग दसनगे। एक अदाकार की हर फिल्म उहदा बच्चा हुंदा उहदा बेबी हुंदा जदों तुसी पिछे बैठ के सीटां उपर ऑडियंस नाल फिल्म देखदे हो नाल फिल्मी लोग भी हुंदे ने तां जो तुहाडे नाल ताड़ियां वजदियां ने कूकां वजदियां ने तुहानूं किदां दा फील हुंदा मगर बैठ के? ਉਹ ਸਾਡੇ ਲਈ ਐਸਾ ਖੁਸ਼ੀ ਦਾ ਪਲ ਹੁੰਦਾ ਜਿਹੜਾ ਬਿਆਨ ਤੋਂ ਬਾਹਰ ਆ ਕਿਉਂਕਿ ਅਸੀਂ ਦੇਖਦੇ ਸੀ ਲੋਕ ਜਿੱਥੇ ਜੁੜੇ ਹੋਏ ਸੀ ਸਟੋਰੀ ਦੇ ਨਾਲ ਪਿੰਡ ਡ੍ਰੌਪ ਸਾਇਲੈਂਸ ਸੀ ਜਿੱਥੇ ਲਾਫਟਰ ਸੀ ਉੱਥੇ ਖੁੱਲ੍ਹ ਕੇ ਹੱਸਦੇ ਵੀ ਸੀ ਜਿੱਥੇ ਇਮੋਸ਼ਨ ਨਾਲ ਇਨਵੋਲਵ ਹੁੰਦੇ ਸੀ ਉੱਥੇ ਲੋਕ ਰੋਂਦੇ ਵੀ ਸੀਗੇ ਸੋ ਇਹ ਚੀਜ਼ਾਂ ਅਸੀਂ ਅੱਜ ਦੇਖੀਆਂ ਹਾਲ ਦੇ ਵਿੱਚ ਵੀ ਇਟ ਵਾਜ਼ ਏ ਕੰਪਲੀਟ ਪੈਕੇਜ ਜੋ ਸਾਨੂੰ ਦੇਖਣ ਨੂੰ ਅਤੇ ਸੁਣਨ ਨੂੰ ਮਿਲਿਆ। ਸ਼ਾਇਦ ਸਿਨੇਮੇ ਤੁਹਾਡੀ ਪਹਿਲੀ ਫਿਲਮ ਆ ਜਿਹੜੀ ਸਿਨੇਮੇ ਬਜਾਏ ਸਿੱਧਾ ਓ ਟੀ ਟੀ ਪਲੈਟਫਾਰਮ 'ਤੇ ਰਿਲੀਜ਼ ਹੋ ਰਹੀ ਆ ਲੱਗਦਾ ਕਿਤੇ ਨਾ ਕਿਤੇ ਭੱਲਾ ਸਾਨੂੰ ਪੁਰਾਣੇ ਟਾਈਮ 'ਤੇ ਲੈ ਗਏ ਕਿਉਂਕਿ ਤੁਸੀਂ ਉਦੋਂ ਵੀ ਸੀਡੀਆਂ ਰਿਲੀਜ਼ ਕਰਦੇ ਸੀਗੇ ਆਪਣੀਆਂ ਲੋਕਾਂ ਦੇ ਰਿਵਿਊ ਤੁਸੀਂ ਡਾਇਰੈਕਟਲੀ ਨਹੀਂ ਲੈ ਪਾਉਂਦੇ ਸੀਗੇ ਥੀਏਟਰ ਤੁਸੀਂ ਰਿਸਪੌਂਸ ਲੈ ਲੈਂਦੇ ਹੋ ਨਾ ਤਾਂ ਉਹਦੀ ਐਕਸਾਈਟਮੈਂਟ ਕਿੰਨੀ ਹੈ ਕਿ ਫਿਲਮ ਸਿੱਧਾ ਓ ਟੀ ਟੀ ਪਲੈਟਫਾਰਮ 'ਤੇ ਰਿਲੀਜ਼ ਹੋ ਰਹੀ ਹੈ? ਦੇਖੋ ਉਹ ਜਿਹੜਾ ਹੁਣ ਅਸੀਂ ਸਿਨੇਮੇ 'ਚ ਦੇਖਦੇ ਹਾਂ ਚੀਜ਼ ਇਹ ਲਾਈਵ ਸਾਡੇ ਲਈ ਫੀਡਬੈਕ ਆ ਜੀ ਹਾਂ ਜਿੱਥੇ ਤਾੜੀਆਂ ਵੱਜਦੀਆਂ ਨੇ ਉਹੀ ਸਾਨੂੰ ਖੁਸ਼ੀ ਦਿੰਦੇ ਆ ਓ ਟੀ ਟੀ ਕਹਿ ਲਓ ਸੀ ਡੀ ਕਹਿ ਲਓ ਉਸ ਉੱਤੇ ਪਏ ਜਵਾਕ ਦਾ ਮੂੰਹ ਜੰਮਿਆ ਨਾ ਮਾਰਾ ਜੀ ਨਾ ਮੁੰਡਾ ਰਾਜੀ ਨਾ ਉਹਨੂੰ ਪਤਾ ਲੱਗਦਾ ਤਾਂ ਵੀ ਐਵੇਂ ਕਦੇ ਅਖਬਾਰ 'ਚ ਆ ਗਿਆ ਜਾਂ ਬੜਾ ਮੋਟਾ ਕਿਸੇ ਨੇ ਫੋਨ ਕਰਕੇ ਐਪਰੀਸ਼ੀਏਟ ਕਰਤਾ ਜਾਂ ਕੋਈ ਨੁਕਸ ਕੱਢਤਾ ਇੱਥੇ ਇੰਸਟੈਂਟ ਤੁਹਾਨੂੰ ਦੇਖਣ ਨੂੰ ਮਿਲਦਾ ਸਾਰਾ ਕੁਝ। ਤੁਸੀਂ ਖੁਦ ਆਪ ਸੋਸ਼ਲ ਮੀਡੀਆ ਪਰ ਬਹੁਤ ਐਕਟਿਵ ਰਹਿੰਦੇ ਹੋ ਤਾਂ ਓ ਟੀ ਟੀ ਪਲੈਟਫਾਰਮ ਰਿਲੀਜ਼ ਲਈ ਤੁਸੀਂ ਐਕਸਾਈਟਮੈਂਟ ਹੋਊਗੀ ਥੋੜ੍ਹੀ ਨਰਵਸਨੈਸ ਵੀ ਹੈਗੀ ਹੈ? ਨਿਰਾਸ਼ਾ ਨਿਰਾਸ਼ਾ ਕਿਉਂਕਿ ਅਦਾਕਾਰ ਨੂੰ ਵੱਡੇ ਪਰਦੇ ਨਾਲ 70 ਐਮ ਦਾ ਬਹੁਤ ਲਾਲਚ ਹੁੰਦਾ। ਚਲੋ ਚਾਹੇ ਇੱਕ ਸ਼ੋਅ ਦੇਖਿਆ ਅਸੀਂ ਇਨਵਾਈਟਡ ਗੈਸਟ ਨਾਲ ਦੇਖਿਆ ਚਾਹੇ ਅਸੀਂ ਪ੍ਰੈਸ ਨਾਲ ਦੇਖਿਆ ਪਰ ਸਾਨੂੰ ਆਪ ਨੂੰ ਤਸੱਲੀ ਹੋਈ ਅਸੀਂ ਆਪਣੇ ਆਪ ਨੂੰ ਵੱਡੇ ਪਰਦੇ 'ਤੇ ਦੇਖ ਲਿਆ ਉਸ ਤੋਂ ਬਾਅਦ ਤਾਂ ਚਾਂਸ ਸਾਰਾ ਓ ਟੀ ਟੀ 'ਤੇ ਆ। ਤੁਹਾਡੇ ਤੱਕੀਏ ਕਲਾਮ ਹੁਣ ਚਾਹੇ ਬੀਨੂ ਬਾਈ ਦੇ ਹੋਣ ਹਨਾ ਜਿੰਨੇ ਜੰਮੇ ਸਾਰੇ ਨਿਕੰਮੇ ਗੰਦੀ ਲਾਲ ਮਦਨਾ ਸਵਾਦ ਇਸ ਫਿਲਮ ਦੇ ਸੈੱਟ ਦੇ ਉੱਪਰ ਤੁਸੀਂ ਚਾਰਾਂ ਨੂੰ ਕਿੰਨੀ ਵਾਰੀ ਕਿਹਾ ਸੀਗਾ ਜਿੰਨੇ ਜੰਮੇ ਸਾਰੇ ਨਿਕੰਮੇ? ਇੱਕ ਵਾਰੀ ਸਾਰੀ ਫਿਲਮ 'ਚ ਕਿਹਾ ਉਹ ਵੀ ਜਦੋਂ ਟਕਾ ਟਕ ਫੋਟੋ ਖਿੱਚਦਾ ਵੀ ਦਾਦਾ ਵਿਚਾਰਾ ਜੀ ਲੱਤ ਟੁੱਟੀ ਹੋਈ ਆ ਤੇ ਲੋਕਾਂ ਨੂੰ ਦੱਸ ਰਿਹਾ ਵੀ ਹੁਣੇ ਹੁਣੇ ਮੇਰੀ ਦਾਦਾ ਜੀ ਲੱਤ ਟੁੱਟੀ ਆ ਲੋਕ ਸੁਣਦੇ ਹੀ ਨਹੀਂ ਉੱਤੇ ਆਰ ਆਈ ਪੀ ਲਿਖੀ ਜਾਂਦੇ ਆ ਰੇ ਉਹ ਕਹਿੰਦਾ ਭਾਈ ਮੇਰਾ ਦਾਦਾ ਜੀ ਜਿਉਂਦਾ ਆਰ ਆਈ ਪੀ ਨਾ ਲਿਖੋ ਤਾਂ ਫਿਰ ਉਹਨਾਂ ਨੂੰ ਕਿਹਾ ਵੀ ਸਾਲੋ ਬਿਲ ਕਿਹਨੇ ਭਰਾਉਣੇ ਆ ਨਾਲੇ ਉਹਨੂੰ ਸਟਾਇਰ ਦਿੰਦਾ ਕਹਿੰਦਾ ਬੇਟੇ ਮੈਂ ਮੰਨਦਾ ਤੇਰਾ ਕੰਮ ਬਹੁਤ ਜ਼ਰੂਰੀ ਆ ਪਰ ਆਹ ਵੀ ਬਹੁਤ ਜ਼ਰੂਰੀ ਆ ਜਿਹੜਾ ਬਿਜਲੀ ਦਾ ਬਿੱਲ ਭਰਾਉਣਾ ਫਿਰ ਕਹਿ ਕੇ ਜਾਂਦਾ ਸਾਰੇ ਆਪਣੇ ਆਪ ਨੂੰ ਵੀ ਆਈ ਪੀ ਸਮਝਦੇ ਆ ਜਿੰਨੇ ਜੰਮੇ ਸਾਰੇ ਨਿਕੰਮੇ ਉੱਥੇ ਇੱਕ ਡਾਇਲੈਕਸੀ ਹੈ। ਤੁਹਾਡੇ ਆਪਣੇ ਸਪੁੱਤਰ ਇਸ ਫਿਲਮ ਦੇ ਤੁਹਾਡੇ ਬੇਟੇ ਬਣੇ ਹੋਏ ਨੇ ਪੁਖਰਾਜ ਪੁਖਰਾਜ ਦੀ ਅਦਾਕਾਰੀ ਬਹੁਤ ਸੋਹਣੀ ਲੱਗ ਰਹੀ ਆ ਤਾਂ ਇੱਕ ਪੁੱਤਰ ਦੇ ਨਾਲ ਤਿੰਨ ਤਿੰਨ ਪੁੱਤਰ ਹੋਰ ਸਾਹਮਣੇ ਕਿੰਨੇ ਕੁ ਔਖੇ ਸੀਗੇ? ਮੈਂ ਤਾਂ ਇਹੀ ਕਹੂੰਗਾ ਜੀ ਮੇਰਾ ਪੁੱਤਰ ਬਹੁਤ ਸੌਸ ਸੀ ਬਿੰਨੂ ਨੇ ਵਿਗਾੜਿਆ। ਥੈਂਕ ਯੂ ਜੀ। ABP ਸੌਂਚਾ ਜੋਸ਼ ਜਜ਼ਬਾ ਜਨੂਨ।